ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ। ਪੂਰੇ ਪੰਜਾਬ ਦੇ ਅੰਦਰ ਪੰਚਾਇਤੀ ਚੋਰਾਂ ਨੇ ਜ਼ੋਰ ਫੜ ਲਿਆ ਅਤੇ ਬੀਤੇ ਕੱਲ੍ਹ ਕਾਗਜ਼ ਦਾਖਲ ਹੋ ਗਏ ਨੇ। ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਨਾ ਕਿਸੇ ਪਿੰਡ ਦੀ ਜਿੱਥੋਂ ਕਾਗਜ਼ ਰੱਦ ਹੁੰਦੇ ਨੇ ਦੀ ਖਬਰ ਆਉਂਦਿਆਂ ਹੀ ਹੜਕੰਪ ਮੱਚ ਜਾਂਦਾ ਅਤੇ ਸੋਸ਼ਲ ਮੀਡੀਆ 'ਤੇ ਚਰਚਾ ਬਣ ਜਾਂਦੀ ਹੈ। ਪਰ ਅੱਜ ਹਨੇਰਾ ਪੈਂਦਿਆਂ ਹੀ ਭਵਾਨੀਗੜ੍ਹ ਤੋਂ ਇੱਕ ਵੱਡੀ ਖਬਰ ਹੈ ਜਿਹੜੀ ਉਹ ਆ ਜਾਂਦੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਇੱਕ ਪਾਸੇ ਹਲਕਾ ਸੰਗਰੂਰ ਦੇ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਨਜ਼ਰ ਆ ਰਹੇ ਨੇ ਅਤੇ ਦੂਸਰੇ ਪਾਸੇ ਬੀ ਡੀ ਪੀ ਓ ਸਾਹਿਬ ਨਜ਼ਰ ਆ ਰਹੇ ਨੇ। ਜਾਣਕਾਰੀ ਮਿਲੀ ਹੈ ਕਿ ਹਲਕਾ ਵਿਧਾਇਕ ਬੀਬਾ ਨਰਿੰਦਰ ਕੌਰ ਭਰਾਜ ਨੇ ਉਚੇਚੇ ਤੌਰ 'ਤੇ ਐਸ ਡੀ ਐਮ ਆਫਿਸ ਭਵਾਨੀਗੜ੍ਹ ਦੇ ਅੰਦਰ ਪਹੁੰਚੇ, ਬੀ ਡੀ ਪੀ ਓ ਨਾਲ ਗੱਲਬਾਤ ਕੀਤੀ ਹੈ। ਕੀ ਗੱਲਬਾਤ ਕੀਤੀ ਹੈ ਤੁਹਾਨੂੰ ਉੱਥੇ ਦੇ ਚੱਲਦੇ ਹਾਂ। ਦੋਸ਼ ਵੱਡੇ ਲੱਗੇ ਨੇ, ਕੀ ਦੋਸ਼ ਲੱਗੇ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਗੱਡੀ ਦੀ ਤਲਾਸ਼ੀ ਵੀ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਜਾਂਦਾ, ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ, ਉਸ ਤੋਂ ਬਾਅਦ ਲਿਖਤੀ ਸ਼ਿਕਾਇਤ ਦਿੱਤੀ ਜਾਂਦੀ ਹੈ ਕਿਉਂਕਿ ਕਾਗਜ਼ਾਂ ਦੀ ਜਾਂਚ ਪੜਤਾਲ ਜੋ ਚੱਲ ਰਹੀ ਹੈ ਅਤੇ ਜੋ ਦੂਸਰੀ ਪਾਰਟੀਆਂ ਦੇ ਕੈਂਡੀਡੇਟ ਨੇ ਜਾਂ ਜਿਸ ਵੀ ਕੈਂਡੀਡੇਟ ਨੂੰ ਆਪਣੇ ਕਾਗਜ਼ ਰੱਦ ਹੋਣ ਦਾ ਕਿਤੇ ਮਾੜਾ ਮੋਟਾ ਸ਼ੱਕ ਲੱਗਦਾ ਹੈ, ਉਸ ਦੀ ਹਾਲਤ ਹੈ ਜਿਹੜੀ ਉਹ ਤੁਸੀਂ ਸਾਰੇ ਜਾਣ ਸਕਦੇ ਹੋ। ਸੋ ਅੱਜ ਉਚੇਚੇ ਤੌਰ 'ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਆਪਣੇ ਰਾਮ ਲਸ਼ਕਰ ਦੇ ਨਾਲ ਪਹੁੰਚੀ ਹੈ। ਪੂਰਾ ਮੀਡੀਆ ਉੱਥੇ ਮੌਜੂਦ ਹੈ ਅਤੇ ਗੱਡੀ ਦੀ ਤਲਾਸ਼ੀ ਲਈ ਗਈ ਹੈ। ਕੀ ਦੋਸ਼ ਲੱਗੇ ਨੇ ਤੁਹਾਨੂੰ ਉੱਥੇ ਹੀ ਲੈ ਚੱਲਦਿਆਂ ਸੁਣਾਉਂਦੇ ਹਾਂ, ਹਲਕਾ ਵਿਧਾਇਕ ਕੀ ਕਹਿ ਰਹੇ ਨੇ ਅਤੇ ਉੱਥੇ ਹੀ ਤੁਹਾਨੂੰ ਸੁਣਾਵਾਂਗੇ ਕਿ ਬੀ ਡੀ ਪੀ ਓ ਸਾਹਿਬ ਦਾ ਕੀ ਕਹਿਣਾ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਤੁਹਾਨੂੰ ਉੱਥੇ ਹੀ ਲੈ ਚੱਲਦਿਆਂ ਸੁਣਾਉਂਦੇ ਹਾਂ ਕੀ ਗੱਲਬਾਤ ਹੋ ਰਹੀ ਹੈ। ਆ ਜਾਓ ਤੁਸੀਂ ਵੀ ਸੁਣ ਲਓ। ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ਧੱਬਾ ਲੱਗਦਾ, ਸਾਡੇ ਤੇ ਜਿਹੜੇ ਇਦਾਂ ਦੇ ਜਿਹੜੇ ਲਾਂਛਨ ਲੱਗਦੇ ਨੇ, ਸਾਡੀ ਜਿਹੜੀ ਬਦਨਾਮੀ ਹੁੰਦੀ ਹੈ, ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ, ਉਹ ਕਲੀਅਰ ਹੋਣੀ ਚਾਹੀਦੀ। ਇਹ ਕਿੰਨੇ ਟਾਈਮ ਤੋਂ ਗੈਪ ਨੇ, ਕੀ ਕਰ ਰਹੇ ਨੇ, ਮਨਸਾ ਦਾ ਹੁਣ ਇਹਨਾਂ ਨੂੰ ਪਤਾ ਰੇਟ ਬਾਰੇ ਨਹੀਂ ਪਤਾ, ਪਰ ਇਹ ਕੋਲਡ ਸਟੋਰ ਜੋ ਲਿਖਿਆ। ਤਾਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਔਰ ਮੈਂ ਆਪ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ 'ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਹਾਂ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ। ਇਹ ਜਿਹੜੇ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ, ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਹੈ ਜਿਹੜੇ ਬਦਨਾਮ ਹੁੰਦੇ ਆ। ਇਸਨੇ ਇਨਵੈਸਟੀਗੇਸ਼ਨ ਕਰਨੀ ਆ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ। ਕੁਛ ਤੁਸੀਂ ਚੈੱਕ ਕਰਾਉਣਾ ਚਾਹੁੰਦੇ? ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ, ਕਰ ਗਿਆ ਨਾ ਕਿਸੇ ਦੇ ਹੋਰ, ਮੇਰੇ ਰਿਲੇਸ਼ਨਸ ਪੁਰਾਣੇ ਨੇ। ਮੇਰੇ ਕੋਲ ਕਾਫੀ ਸਵੇਰ ਦੀ ਫੋਨ ਆ ਰਹੇ ਨੇ, ਮੈਂ ਜੀਤਾ ਨਾਲ ਵੀ ਰਾਬਤਾ ਕੀਤਾ, ਐਸਡੀਐਮ ਸਾਹਿਬ ਨਾਲ ਵੀ ਰਾਬਤਾ ਕੀਤਾ, ਮੀਡੀਆ ਆ ਮੇਰੇ ਨਾਲ, ਕੋਈ ਗੱਲ ਨਹੀਂ, ਮੈਂ ਮੀਡੀਆ ਲੈ ਕੇ ਆਉਂਦਾ, ਮੈਂ ਸਾਰਿਆਂ ਨਾਲ ਰਾਬਤਾ ਕੀਤਾ ਵੀ ਬੀ ਡੀ ਪੀ ਓ ਸਾਹਿਬ ਜਿਹੜੇ ਕੋਈ ਪੇਪਰਾਂ 'ਚ ਦੇਰੀ ਹੋ ਰਹੀ ਹੈ, ਕੋਈ ਹਲਕੀ ਜਿਹੀ ਨੁਮਾਇੰਦਗੀ ਕਰ ਰਹੀ ਹਾਂ ਮੈਂ, ਕਿਸੇ ਨੂੰ ਕੋਈ ਡਿਲੇ ਹੋ ਰਹੀ ਹੈ, ਕੁਛ ਹੋ ਰਿਹਾ, ਉਹਨਾਂ ਨੂੰ ਆਪਾਂ ਕਲੀਅਰ ਕਰ ਲਈਏ ਕਿਉਂਕਿ ਸਰਕਾਰ ਹੈ ਅਤੇ ਬਦਨਾਮੀ ਤਾਂ ਮੇਰੀ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ, ਸਾਡੀ ਸਰਕਾਰ ਦੀ, ਪਾਰਟੀ ਦੀ ਬਦਨਾਮੀ ਹੁੰਦੀ ਹੈ ਨਾ। ਮੈਂ ਤਾਂ ਤੁਹਾਨੂੰ, ਤੁਸੀਂ ਕਹਿੰਦਾ ਫੋਨ ਮੇਰੀਆਂ ਸਵੇਰ ਦੀਆਂ ਕਿੰਨੀਆਂ, ਹਾਂ ਚਲੋ ਕੋਈ ਗੱਲ ਨਹੀਂ, ਤੁਸੀਂ ਜ਼ਰੂਰ
ਮੇਰੀ ਗੱਡੀ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਸੀ ਗੱਡੀ ਮੈਂ ਆਪਣੇ ਬੱਚਿਆਂ ਲਈ ਸੌ ਖਾਣਾ, ਮੈਂ ਤਾਂ ਗੱਡੀ ਚ ਬੈਠਿਆ ਮੈਡਮ, ਮੁੰਡਾ ਦੂਜਾ ਗੱਡੀ ਚਲਾ ਦੋ। ਨਹੀਂ ਮੈਂ ਦੱਸੋ ਬਾਲੀ ਮੇਰੀ ਗੱਡੀ ਚ ਕੀ ਰੱਖਿਆ ਗਿਆ ਬਾਈ? ਪਤਾ ਨਹੀਂ, ਮੇਰੇ ਤਾਂ ਚਾਬੀ ਨਹੀਂ ਸੀ। ਮਿਸਟਰ ਬਾਲੀ, ਆ ਬਾਲੀ ਜੀ ਨੇ ਜੀ, ਆ ਬਾਲੀ ਜੀ ਖੜੇ ਨੇ। ਮੇਰੀ ਗੱਡੀ ਚ ਕੀ ਰੱਖਿਆ ਗਿਆ ਬਾਲੀ, ਮੈਨੂੰ ਇਹ ਦੱਸੋ ਨਾ ਪਲੀਜ਼। ਸਾਰੀ ਗੱਲ ਮੇਰੇ ਨਾਮ ਨੂੰ ਜਾਣਦੇ ਸੀ ਜਿਹੜੇ ਸੈਕਟਰੀ ਸੁਰਿੰਦਰ ਗਈ ਜੀ ਨਾਲ ਡਰਾਈਵਰ ਤਾਂ ਸਰ ਡਿਪਟੀ ਸਾਹਿਬ ਨੂੰ ਫੋਨ ਲਾਇਆ ਵੀ ਡੀ ਐਸ ਪੀ ਰਾਹੁਲ ਗੱਲ ਕਰਾਂਗੇ, ਐਸ ਐਸ ਪੀ ਸਾਹਿਬ ਨੂੰ ਫੋਨ ਚੱਕਿਆ ਨਹੀਂ ਆ ਰਹੇ ਮੈਮ ਉੱਥੇ। ਚਲੋ ਸਰ, ਮੈਨੂੰ ਨਹੀਂ ਪਤਾ ਵੀ ਗੱਡੀ ਮੇਰੀ ਕੀ ਰੱਖਿਆ ਗਿਆ, ਮੈਂ ਤੁਹਾਨੂੰ ਪਤਾ। ਹੈਲੋ, ਹਾਂਜੀ ਐਸ ਐਸ ਪੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਐਸ ਡੀ ਐਮ ਦਫ਼ਤਰ ਖੜ੍ਹੀ ਹਾਂ ਜੀ ਭਵਾਨੀਗੜ੍ਹ, ਅਤੇ ਮੈਂ ਤੁਹਾਡੀ ਜਾਣਕਾਰੀ 'ਚ ਦੱਸ ਦੇਵਾਂ ਕਿ ਮੈਂ ਇਸ ਟਾਈਮ ਲਾਈਵ ਵੀ ਹੈਗੀ ਹਾਂ ਅਤੇ ਮੇਰੇ ਕੋਲ ਮੀਡੀਆ ਵੀ ਹੈਗਾ ਜੀ। ਮੈਨੂੰ ਕੰਪਲੇਂਟ ਮਿਲੀ ਹੈ ਬੀ ਡੀ ਪੀ ਓ ਭਵਾਨੀਗੜ੍ਹ ਦੇ ਰਿਗਾਰਡਿੰਗ, ਹੈ ਨਾ। ਕਾਈਂਡਲੀ ਕੋਈ ਵੀ ਤੁਹਾਡਾ ਮੁਲਾਜ਼ਮ ਆ ਕੇ ਉਹਦੀ ਤਸਦੀਕ ਕਰ ਲਵੇ ਅਤੇ ਅਸੀਂ ਉਹ ਹੀ ਖੜ੍ਹੇ ਹਾਂ। ਹਾਂਜੀ, ਐਸ ਡੀ ਐਮ ਆਫਿਸ ਭਵਾਨੀਗੜ੍ਹ ਭੇਜੋ, ਅਸੀਂ ਇੱਥੇ ਖੜ੍ਹੇ, ਮੀਡੀਆ ਵੀ ਸਾਰਾ ਮੇਰਾ ਇੱਥੇ ਹੈ, ਸਾਰੇ ਇੱਥੇ ਨੇ ਲਾਈਵ ਵੀ। ਕੈਮਰੇ ਲੱਗੇ ਨੇ, ਗੱਡੀ ਕਿਸੇ ਨੇ ਛੇੜੀ ਤੁਸੀਂ ਲੈ ਕੇ ਉਵੇਂ ਖੜੀ ਆ, ਕਿਸੇ ਨੇ ਛੇੜੀ ਕੈਮਰੇ ਲੱਗੇ ਹੋਣੇ, ਕਿਸੇ ਨੇ ਛੇੜੀ ਤੁਸੀਂ ਜਿਵੇਂ ਖੜਾ ਕੇ ਉਵੇਂ ਖੜੀ ਆ, ਉਹ ਲੱਗੇ ਹੋਣੇ ਇਹੀ ਲੈ ਕੇ ਉਵੇਂ ਖੜੀ ਗੱਡੀ, ਇਹਨਾਂ ਦੇ ਡਰਾਈਵਰ ਕੋਲ ਚਾਬੀ ਆ। ਨਹੀਂ, ਰੁਕੋ ਵਾਲੀ ਗੱਲ ਨਹੀਂ ਨਾ ਮੈਡਮ, ਮੈਂ ਤੁਹਾਨੂੰ ਦੱਸ ਦਿੰਦਾ ਮੈਂ ਇਹੋ ਜਿਹਾ ਕੰਮ ਕਰਦਾ, ਜੇ ਮੈਂ ਤੁਹਾਨੂੰ ਮਨਾ ਉਸੇ ਗੱਲ 'ਤੇ ਮੈਂ ਮਨਾ ਕੀਤਾ ਸੀਗਾ, ਉਸ ਕੰਮ ਤੋਂ ਮੈਂ ਮੈਡਮ ਹੈਗੇ ਨੇ ਆਨਲਾਈਨ ਠੀਕ ਹੈ।
ਕਿਉਂਕਿ ਖੜਚ ਹੋ ਰਹਾ ਨਾ ਥੋੜ੍ਹਾ ਜਿਹਾ ਪਿੱਛੇ ਤੋਂ ਕਰ ਲਓ ਯਾਰ ਸਾਰੇ ਆਪਾਂ ਨੂੰ ਇੱਕ ਵਾਰ ਕਿਸੇ ਤੋਂ ਪਤਾ ਲੱਗ ਜਾਂਦਾ ਜ਼ੂਮ ਆਊਟ ਕਰ ਲਓ ਸਾਰੇ ਇਹ ਤਾਂ ਪਲੇਨ ਆ ਸਾਰੇ ਆਪਾਂ ਸ਼ੇਅਰ ਵੀ ਕਰ ਲਾਂਗੇ ਚਲੋ ਜੀ ਸਾਰੇ ਮੇਰਾ ਮੇਨ ਮੋਟਿਵ ਇਹ ਹੈ ਕਿ ਜਿਹੜੀ ਕੋਈ ਬਦਨਾਮੀ ਹੈ ਕੋਈ ਸਰਕਾਰ ਦੀ ਕੋਈ ਐਮ ਐਲ ਏ ਦੀ ਜਾਂ ਕੋਈ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੰਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀਂ ਚੁਣ ਕੇ ਆਏ ਹਾਂ ਸੋ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਅਤੇ ਇਹਨਾਂ ਦੀ ਕੰਪਲੇਂਟ ਹੈਗੀ ਹੈ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਫਤੀਸ਼ ਕਰ ਲਓ ਅਤੇ ਹਜੇ ਕੁਛ ਨਹੀਂ ਹੈਗਾ ਸਾਰਾ ਕੁਛ ਇੱਥੇ ਹੈ ਇਹਨੂੰ ਕਰ ਲਓ ਅਸੀਂ ਸਰਕਾਰ ਦੇ ਵਿੱਚ ਹੈਗੇ ਹਾਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮ ਐਲ ਏ ਹਾਂ ਔਰ ਮੇਰੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜ੍ਹਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਇੱਕ ਸ਼ਿਕਾਇਤ ਹੋਈ ਸੀਗੀ
ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ, ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜਿਹਦਾ ਸਾਨੂੰ ਜਿਹੜਾ ਆਇਆ ਸੀਗਾ, ਔਰ ਕਲੀਅਰ ਕੀਤਾ ਗਿਆ ਕਿ ਫੱਗੂਵਾਲ ਪਿੰਡ ਦਾ ਕੋਈ ਕੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ। ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ, ਜਾ ਕੇ ਵੀ ਆਏ ਨੇ ਉਹ BDPO ਸਾਹਿਬ, ਉਦੋਂ ਬਾਅਦ 'ਚ ਮੇਲਾ ਦਾ ਟੋਲ ਪਲਾਜ਼ੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ SDM ਆਫਿਸ ਵੀ ਆਏ ਨੇ। ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ, ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ। ਅਤੇ ਮੇਰਾ ਮੇਨ ਜਿਹੜਾ ਮੋਟਿਵ ਇਹ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕ੍ਰੈਟਿਕ ਜਿਹੜਾ ਉਹਨਾਂ ਦਾ ਰਾਈਟ ਆ, ਲੋਕਤੰਤਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ, ਫੇਅਰ ਅਤੇ ਜਿਹੜੀ ਫੇਅਰ ਫਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ, ਔਰ ਮੈਂ ਉਹਦਾ ਸਮਰਥਨ ਕਰਦੀ ਹਾਂ। ਔਰ ਇਹਦੇ ਲਈ ਅੱਜ ਦਾ ਜਿਹੜਾ ਇਹ ਘਟਨਾਕ੍ਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜ੍ਹੇ ਨੇ। ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ, ਤਾਂ ਜੋ ਜਿਹੜੇ ਇੱਦਾਂ ਦੇ ਜਿਹੜੇ ਸਿਸਟਮ ਜਿਹੜਾ ਚੱਲਦਾ, ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ, ਔਰ ਸਰਕਾਰ ਦੀ ਵੀ ਜਿਹੜੀ ਬਦਨਾਮੀ ਹੁੰਦੀ ਹੈ। ਸੋ ਮੈਂ ਇਕੱਲਾ ਇਹੀ ਨਹੀਂ, ਅੱਜ ਸਵੇਰ ਦੀ ਮੈਂ ਮਾਣਯੋਗ BDPO ਸਾਹਿਬ ਨੂੰ ਮੈਂ ਫੋਨ 'ਤੇ ਫੋਨ ਮੈਂ ਕਰ ਰਹੀ ਹਾਂ, ਕਿਉਂਕਿ ਮੇਰੇ ਕੋਲ ਲੋਕੀ, ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸ਼ ਸੀਗਾ ਲੋਕਾਂ ਨੂੰ, ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ, ਕੋਈ ਪਟਵਾਰੀ ਨਹੀਂ ਮਿਲਦਾ, ਕੋਈ BDPO ਸਾਹਿਬ ਆਪ 3 ਵਜੇ ਦੇ ਲਾਪਤਾ ਨੇ, ਲੋਕੀ ਘੁੰਮਦੇ ਫਿਰਦੇ ਨੇ, ਬਦਨਾਮੀ ਕਿਹਦੀ ਹੁੰਦੀ ਆਫਟਰ ਆਲ MLA ਦੀ। ਨਾਮ ਜ਼ਰੂਰ ਦੱਸ ਦਿਓ, ਕੀ ਇਨਪੁਟ ਮਿਲੀ ਸੀ, ਕਿਹੜਾ ਅਧਿਕਾਰੀ ਸੀਗਾ ਜਾਂ ਕਿੱਥੋਂ ਪੈਸੇ ਲੈ ਗਏ? ਮੈਮ ਨਾਮ ਜ਼ਰੂਰ ਦੱਸੋ, ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ। ਮੈਡਮ ਆਫੀਸਰ ਦਾ ਨਾਮ ਜ਼ਰੂਰ ਦੱਸੋ, ਕਿੰਨੇ ਪੈਸੇ ਲਿਖੇ ਗਏ? ਆਫੀਸਰ ਦਾ ਨਾਮ ਦੱਸੋ, ਮੈਂ ਇਹ ਨਹੀਂ ਕਹਿ ਸਕਦੀ, ਤੁਹਾਡੇ ਸਾਹਮਣੇ ਹੀ ਆ, ਮੈਂ ਤਾਂ ਚੈੱਕ ਕਰਾਇਆ। ਮੈਡਮ ਆਫੀਸਰ ਦਾ ਨਾਮ ਦੱਸੋ ਪਲੀਜ਼, ਆਫੀਸਰ ਦਾ ਨਾਮ ਦੱਸੋ। BDPO ਜਿਹੜਾ ਆਪਣਾ ਬਲਜੀਤ ਸਿੰਘ ਸੋਹੀ, ਉਹ ਜਿਹੜੇ ਹੈਗੇ ਨੇ ਸੰਗਰੂਰ ਦੇ, ਭਾਨੀਗੜ੍ਹ ਦੇ, ਸੋਰੀ, ਮੌਕੇ ਦੇ। ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ, ਮੈਂ ਕਹਿਣਾ ਚਾਹੁੰਦੀ ਹਾਂ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ, ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ਧੱਬਾ ਲੱਗਦਾ, ਸਾਡੇ ਤੇ ਜਿਹੜੇ ਇੱਦਾਂ ਦੇ ਜਿਹੜੇ ਲਾਂਛਨ ਲੱਗਦੇ ਨੇ, ਸਾਡੀ ਜਿਹੜੀ ਬਦਨਾਮੀ ਹੁੰਦੀ ਆ, ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ, ਉਹ ਕਲੀਅਰ ਹੋਣੀ ਚਾਹੀਦੀ। ਔਰ ਮੈਂ ਇਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ, ਤੁਹਾਨੂੰ ਸ਼ਿਕਾਇਤ ਮਿਲੀ ਸੀ ਫੱਗੂਵਾਲ ਪਿੰਡ ਨੂੰ ਲੈ ਕੇ ਜਿਹੜੀ ਕੰਪਲੇਂਟ ਹੋਈ ਆ? ਤੁਹਾਡਾ ਨਾਮ ਕੀ ਹੈ ਭਾਜੀ? ਲਖਵਿੰਦਰ ਜੀ, ਕੀ ਤੁਹਾਨੂੰ ਸ਼ਿਕਾਇਤ ਮਿਲੀ ਆ? ਕਿਸ ਪੱਧਰ ਦੇ ਉੱਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਆ, ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਣਕਾਰੀ ਮਿਲੀ ਆ? ਦੇਖੋ, ਰਿਸ਼ਵਤ ਬਾਰੇ ਨੀ, ਅੰਦਰੋਂ ਨਿਕਲੇ ਨੇ ਕੋਲਡ ਸਟੋਰ ਚੋਂ, ਅੰਦਰ ਤਾਂ ਨਹੀਂ ਅਸੀਂ ਗਏ, ਠੀਕ ਹੈ, ਨਿੱਜੀ ਕੋਲਡ ਸਟੋਰ ਦੀ ਇੱਥੇ ਇਹ ਬੈਠੇ ਸੀ, ਹਾਂਜੀ, ਸਾਡੇ ਪਿੰਡ ਫੱਗੂਵਾਲੇ, ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉੱਧਰ ਫਿਰਦੇ ਤੇ, ਠੀਕ ਹੈ, ਇਹ ਉੱਥੇ ਬੈਠੇ ਸੀ, ਠੀਕ ਹੈ। ਮਨਸਾ ਕੀ ਲੱਗਦੀ ਹੈ, ਕਿਸ ਕਾਰਨ ਕਰਕੇ ਤੁਹਾਨੂੰ ਕਿਉਂ ਲੱਗਿਆ ਮਨਸਾ? ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਪ ਨੇ ਕੀ ਕਰ ਰਹੇ ਨੇ, ਮਨਸਾ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਕਿਸ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਦਿੱਤੀ ਗਈ ਆ, ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਹੇ ਵੀ ਕਿਸ ਕਲੀਅਰ ਕਰੋਗੇ? ਕਲੀਅਰ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ, ਪਰ ਇਹ ਕੋਲਡ ਸਟੋਰ ਜੋ ਨਿਕਲ ਦਿੱਤੀ ਗਈ ਸਰ, ਕੀ ਜਾਣਕਾਰੀ ਹੋਣੀ ਕੋਲਡ ਸਟੋਰ ਕੀ ਦਾ? ਕੋਲਡ ਸਟੋਰ ਫੱਗੂਵਾਲੇ ਨੇ ਬਣੇ ਹੋਏ ਨੇ, ਉਹ ਤਾਂ ਪ੍ਰਾਈਵੇਟ ਨੇ ਕੋਲਡ ਸਟੋਰ, ਸਹੀ ਜਾਣਕਾਰੀ ਦਿਓ, ਤੁਸੀਂ ਸ਼ਿਕਾਇਤ ਕਰਤਾ ਹੋ, ਤੁਹਾਨੂੰ ਜਾਣਕਾਰੀ ਹੋਣੀ ਹੈ, ਤਾਂ ਇੱਥੇ ਪਹੁੰਚੇ ਹੋ ਤੁਸੀਂ, ਵਿਧਾਇਕ MLA ਭਰਾ ਨੂੰ ਜਾਣਕਾਰੀ ਦਿੱਤੀ ਆ, ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ, ਕਿੰਨੀ ਦਿੱਤੀ ਸੀ, ਜੋ ਤੁਹਾਨੂੰ ਜਾਣਕਾਰੀ ਉਹ ਪਲੀਜ਼ ਦਿਓ। ਦੇਖ ਵੀਰੇ, ਅਸੀਂ ਨੇ ਉੱਥੋਂ ਨਿਕਲਦਾ ਦੇਖਿਆ, ਹਾਂਜੀ, ਨਿਕਲਦਾ ਦੇਖਿਆ, ਨਾ ਕਿਸੇ ਦੇ ਪਰਸਨਲ ਕੋਲਡ ਸਟੋਰ 'ਤੇ ਕਿਉਂ ਗਿਆ, ਵੀਡੀਓ ਪੀ ਆ, ਸਰਕਾਰੀ ਬੰਦਾ, ਉਹ ਤੁਸੀਂ ਆਪਣੇ ਆਪ ਹਿਸਾਬ ਲਾ, ਠੀਕ ਹੈ ਨਾ? ਜੋ ਹੈ ਦੱਸੋ, ਐਡਾ ਵੱਡਾ MLA ਥੋੜੇ ਨਾਲ ਆ, ਤੁਸੀਂ ਦੱਸੋ ਉਹਦਾ ਕੁਛ
ਅੰਦਰ ਕੀ ਹੋਇਆ ਅੰਦਰਲੀ ਗੱਲ ਨੀ ਨਾ ਅਗਲੀ ਦੀ ਆਪਾਂ ਨੂੰ ਪਤਾ ਵੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਪ੍ਰਸ਼ਾਸਨ ਇੱਥੇ ਸੀ ਮੀਡੀਆ ਸੀ ਤਾਂ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹ ਗੱਡੀ 'ਚ ਪੈਸੇ ਹੋਣੇ ਚਾਹੀਦੇ ਸੀ ਲੇਕਿਨ ਹੋਏ ਨਹੀਂ ਜਿਹੜੇ ਜਿਹੜੇ ਹਿਸਾਬ ਨਾਲ ਇਹ ਉੱਥੋਂ ਨਿਕਲੇ ਨੇ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਇਹ ਫਸਟ ਟਾਈਮ ਹੋ ਗਿਆ ਜਿਹੜਾ ਇੰਸਟੈਂਸ ਹੈ ਜਿਹੜੀ ਮੇਰੀ ਲਾਈਫ 'ਚ ਹੋਇਆ ਮੇਰੀ ਗੱਡੀ ਨੂੰ ਘੇਰਿਆ ਗਿਆ ਜੀ ਬਕਾਇਦਾ ਮੇਰੀ ਕੀ ਵੀ ਖੋਹੀ ਗਈ ਗੱਡੀ ਦੀ ਉੱਥੇ ਕੀ ਖੋਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ SDM ਦਫ਼ਤਰ ਆ ਜਾਓ ਵੀ ਜਿਹੜਾ ਵੀ ਕੁਛ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਵੀ ਜੀ ਖੋਹੀ ਗਈ ਹੈ ਕਿੱਥੇ ਗਏ ਸੀ ਤੁਸੀਂ ਕਿੱਥੇ ਹੋਇਆ ਇੰਸੀਡੈਂਟ ਨਹੀਂ ਮੈਂ ਨੋਰਮਲੀ ਡੀਲਿੰਗ 'ਚ ਆਪਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ 'ਚ ਇਹਨਾਂ ਵੱਲੋਂ ਕੁਛ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਐਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਸਰ ਕੋਲਡ ਸਟੋਰ 'ਚ ਕੀ ਕਰ ਰਹੇ ਕੋਲਡ ਸਟੋਰ 'ਚ ਕੀ ਕਰ ਰਹੇ ਸੀ ਤੁਸੀਂ ਹਾਂਜੀ ਕੋਲਡ ਸਟੋਰ 'ਚ ਕੀ ਕਰ ਰਹੇ ਸੀ ਸਰ ਤੁਸੀਂ ਉੱਥੇ ਨਹੀਂ ਮੈਂ ਗਿਆ ਸੀ ਮੇਰਾ ਮੈਂ ਤੁਹਾਨੂੰ ਦੱਸਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਆ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ 'ਚ ਜੀ ਤਾਂ ਮੇਰੀ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹੋਵਾਂ ਜਾਂ ਕਿਸੇ ਨੂੰ ਮਿਲਿਆ ਹੋਵਾਂ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਦੇ ਨਾ ਕਿਸੇ ਦੇ ਕੈਂਡੀਡੇਟ ਦੇ ਘਰ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਪ੍ਰਾਈਵੇਟ ਗੱਡੀ ਜਾਂਦੇ ਤੁਸੀਂ ਸਰਕਾਰੀ ਗੱਡੀ ਵੀ ਲੱਗੇ ਤੁਹਾਡੇ ਕੋਲ ਇਲਜ਼ਾਮ MLA ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਕਦੇ ਵੀ ਨੀ ਹੋ ਸਕਦਾ ਮੈਂ ਸਤਿਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਂਟ ਕਰਤੀ ਹੈ ਪਰ ਸਾਡੇ ਲਈ ਉਹ ਸਤਿਕਾਰਯੋਗ ਤੁਸੀਂ ਸਰਕਾਰੀ ਗੱਡੀ ਲੈ ਕੇ ਕਿਸੇ ਕੋਲਡ ਸਟੋਰ ਜਾਂ ਪ੍ਰਾਈਵੇਟ ਗੱਡੀ ਅਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਇਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ ਜਸ 10 ਮਿੰਟ ਮੈਂ ਉੱਥੇ ਲਾਏ ਨਾਲ ਦੀਆਂ ਮੈਂ ਨਿਕਲਿਆ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ SDM ਆਫਿਸ ਆ ਕੇ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਮੈਂ ਕਿਤੇ ਨਹੀਂ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ SDM ਆਫਿਸ ਦੇ ਵਿੱਚ ਕਲਰਕ ਕੋਲ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਸਰ MLA ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉਂ ਨਹੀਂ ਪਿੱਕ ਕਰ ਰਹੇ ਉਹਨਾਂ ਦੇ ਮੇਰੀ ਕੋਈ ਮਜਬੂਰੀ ਸੀਗੀ ਜੀ ਮੈਂ ਨਹੀਂ ਪਿੱਕ ਕੀਤਾ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਦੇ ਆਫਿਸ 'ਚ ਨੇ ਮੇਰਾ ਆਫਿਸ ਚੈੱਕ ਕਰ ਲਿਆ ਜੀ ਠੀਕ ਹੈ ਓਕੇ ਥੈਂਕ ਯੂ